ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਆ ਰਹੇ ਨੇ। ਮੈਂ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੇ ਪ੍ਰਧਾਨ ਮੰਤਰੀ ਦੁਪਹਿਰ 2 ਵਜੇ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪੁੱਜਣਗੇ। ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਜਿਹੜੀ ਸੁਰੱਖਿਆ ਪ੍ਰਬੰਧ ਨੇ ਉਹ ਬਹੁਤ ਜ਼ਿਆਦਾ ਸਖਤ ਕੀਤੇ ਗਏ ਨੇ। ਉਹ ਰੈਲੀ ਦੀ ਜਗ੍ਹਾ ਹੈਗੀ ਜਿੱਥੇ ਕਿ ਹਜ਼ਾਰਾਂ ਕੁਰਸੀਆਂ ਲਗਾਈਆਂ ਗਈਆਂ ਨੇ ਅਤੇ ਪਿੱਛੇ ਉਹ ਸਟੇਜ ਹੈ ਜਿਹਦਾ ਨਿਰਮਾਣ ਕੀਤਾ ਜਾ ਰਿਹਾ ਸੀ। ਉਸਦੇ ਆਲੇ ਦੁਆਲੇ ਭਾਰੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਤੈਨਾਤ ਕੀਤੇ ਗਏ ਨੇ। ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਗੇ ਅਤੇ ਉਹਨਾਂ ਨੂੰ ਰੋਕਣ ਦੀ ਜਾਂ ਘਿਰਾਓ ਕਰਨ ਦੀ ਕੋਸ਼ਿਸ਼ ਕਰਨਗੇ। ਤੁਸੀਂ ਪਿੱਛੇ ਦੇਖੋ ਕਿ ਜਿੰਨੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹ ਇੱਥੇ ਮੌਜੂਦ ਨੇ ਅਤੇ ਦੂਜੇ ਪਾਸੇ ਵੱਖ ਵੱਖ ਜ਼ਿਲ੍ਹਿਆਂ ਤੋਂ ਜਿਹੜੀ ਪੁਲਿਸ ਫੋਰਸ ਆਈ ਹੈ ਜਿਹਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਲੇਡੀ ਪੁਲਿਸ ਵੀ ਤੈਨਾਤ ਹੈ ਉਹ ਇੱਥੇ ਆਏ ਗਏ ਨੇ ਅਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ ਜਿਹੜੇ ਪੂਰੇ ਪ੍ਰਬੰਧ ਨੇ ਉਹਨਾਂ ਨੂੰ ਕੀਤਾ ਜਾ ਰਿਹਾ। ਗੱਲ ਕਰੀਏ ਪਟਿਆਲਾ ਸ਼ਹਿਰ ਦੀ ਤਾਂ ਪਟਿਆਲਾ ਸ਼ਹਿਰ ਦੇ ਵਿੱਚ 4 ਲੇਅਰ ਦੀ ਸੁਰੱਖਿਆ ਬਣਾਈ ਗਈ ਹੈ। ਪਟਿਆਲਾ ਸ਼ਹਿਰ ਨੂੰ ਬਠਿੰਡੇ ਤੋਂ ਲੈ ਕੇ ਜਿੰਨੇ ਰਸਤੇ ਆਉਂਦੇ ਨੇ, ਚਾਹੇ ਸੁਨਾਮ ਤੋਂ ਆਉਂਦੇ ਹੋਣ, ਸੰਗਰੂਰ ਤੋਂ ਆਉਂਦੇ ਹੋਣ, ਨਾਭੇ ਤੋਂ ਆਵਾਜਾਈ ਆਉਂਦੀ ਹੋਵੇ ਜਾਂ ਸਮਾਣਾ ਡਕਾਲਾ ਸਾਈਡ ਤੋਂ ਆਵਾਜਾਈ ਆਉਣੀ ਹੋਵੇ, ਉਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਕੱਲ੍ਹ ਤੋਂ ਬਾਅਦ ਇਹਨਾਂ ਸ਼ਹਿਰਾਂ ਤੋਂ ਜਿੰਨੀ ਵੀ ਆਵਾਜਾਈ ਆਊਗੀ ਉਹ ਪਟਿਆਲਾ ਦੇ ਵਿੱਚ ਐਂਟਰ ਨਹੀਂ ਕਰ ਸਕੂਗੀ ਅਤੇ ਉਹਨਾਂ ਨੂੰ ਬਾਈਪਾਸ ਦੇ ਰਾਹੀਂ ਆਪਣੀ ਮੰਜ਼ਿਲ ਦੇ ਵੱਲ ਜਾਣਾ ਹੋਵੇਗਾ। ਇਸੇ ਤਰ੍ਹਾਂ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਜਿੱਥੇ ਪੋਲੋ ਗਰਾਊਂਡ ਸਥਿਤ ਹੈ, ਜਿੱਥੇ ਪ੍ਰਧਾਨ ਮੰਤਰੀ ਆਉਣਗੇ, ਉਸ ਜਗ੍ਹਾ ਦੇ ਉੱਪਰ ਕਿਸੇ ਵੀ ਭਾਰੀ ਵਾਹਨ ਦੀ ਆਵਾਜਾਈ ਨਹੀਂ ਹੋਵੇਗੀ ਅਤੇ ਸਿਰਫ ਰੈਲੀ ਦੇ ਵਿੱਚ ਆਉਣ ਵਾਲੇ ਆਗੂਆਂ ਜਾਂ ਵਰਕਰਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਪਟਿਆਲਾ ਦੇ ਵਿੱਚ ਐਂਟਰ ਹੋਣ ਦਿੱਤਾ ਜਾਊਗਾ ਅਤੇ ਐਂਟਰ ਹੋਣ ਤੋਂ ਬਾਅਦ ਜਿੰਨੇ ਵਾਹਨ ਨੇ ਉਹਨਾਂ ਦੀ ਵੱਖ ਵੱਖ ਜਗ੍ਹਾ ਦੇ ਵਿੱਚ ਜਿਸ ਤਰ੍ਹਾਂ ਮੋਦੀ ਹੋਰ ਸਾਈਡ ਨੇ ਉੱਥੇ ਉਹਨਾਂ ਦੀ ਪਾਰਕਿੰਗ ਕੀਤੀ ਜਾਊਗੀ। ਤੁਹਾਨੂੰ ਇੱਕ ਵਾਰੀ ਫਿਰ ਉਹ ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਪੂਰਾ ਜਿਹੜਾ ਵਿਸ਼ਾਲ ਸ਼ੈੱਡ ਬਣਾਇਆ ਗਿਆ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਇੱਕ ਪੂਰੀ ਵਿੱਥ ਰੱਖੀ ਗਈ ਹੈ ਉਹਨਾਂ ਦੀ ਰੈਲੀ ਤੋਂ। ਤੁਸੀਂ ਦੇਖੋ ਕਿ ਪ੍ਰਬੰਧਾਂ ਨੂੰ ਸੁਚਾਰੂ ਰੂਪ ਦੇ ਨਾਲ ਦਿਖਾਉਣ ਦੇ ਲਈ ਅਧਿਕਾਰੀਆਂ ਦੇ ਵੱਲੋਂ, ਪਾਰਟੀ ਵਰਕਰਾਂ ਦੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਹੀ ਪਟਿਆਲਾ ਦੇ ਵਿੱਚ ਤੈਨਾਤ ਹੈ। ਪਟਿਆਲਾ ਦੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਪ੍ਰੋਟੈਸਟ ਦੇ ਮੱਦੇਨਜ਼ਰ ਸਾਰੇ ਰਸਤਿਆਂ ਨੂੰ ਸੀਲ ਕੀਤਾ ਗਿਆ। ਇਸ ਪੋਲੋ ਗਰਾਊਂਡ ਦੇ ਆਲੇ ਦੁਆਲੇ ਜਿੰਨੀਆਂ ਇਮਾਰਤਾਂ ਨੇ, ਕਿਉਂਕਿ ਅਸੀਂ ਅੰਦਰ ਖੜ੍ਹੇ ਹਾਂ, ਬਾਹਰਲੇ ਪਾਸੇ ਜਿੰਨੀਆਂ ਇਮਾਰਤਾਂ ਨੇ ਉਹਨਾਂ ਦੇ ਉੱਪਰ ਸੁਰੱਖਿਆ ਕਰਮਚਾਰੀ ਹੁਣ ਤੋਂ ਹੀ ਤੈਨਾਤ ਕੀਤੇ ਗਏ ਨੇ। ਇਸ ਤੋਂ ਇਲਾਵਾ ਡਰੋਨ ਦੇ ਰਾਹੀਂ ਵੀ ਇਸ ਪੂਰੇ ਏਰੀਏ ਦੇ ਵਿੱਚ ਨਜ਼ਰ ਰੱਖੀ ਜਾਊਗੀ। ਕਮਾਂਡੋਜ਼ ਨੇ ਜਿਹੜੇ ਉਹ ਇਮਾਰਤਾਂ ਦੇ ਉੱਪਰ ਤੈਨਾਤ ਰਹਿਣਗੇ ਅਤੇ ਪਟਿਆਲਾ ਦੇ ਸਪੋਲੋ ਗਰਾਊਂਡ ਨੂੰ ਇੱਕ ਅਭੇਦ ਕਿਲੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 24 ਘੰਟੇ ਦੀ ਨਿਗਰਾਨੀ ਲਗਾਤਾਰ ਪੁਲਿਸ ਦੇ ਵੱਲੋਂ ਰੱਖੀ ਜਾ ਰਹੀ ਹੈ ਅਤੇ ਪੈਰਾਮਿਲਟਰੀ ਫੋਰਸ ਵੀ ਵੱਖ ਵੱਖ ਚੌਂਕਾਂ ਦੇ ਵਿੱਚ ਤੈਨਾਤ ਕਰ ਦਿੱਤੀ ਗਈ ਹੈ।